6 सितंबर 1838 ਨੂੰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਪੰਜਾਬ ਦਾ ਆਖਰੀ ਮਹਾਰਾਜਾ ਪੈਦਾ ਹੁੰਦਾ ਹੈ ਜੋ ਬਾਅਦ ਦੀ ਜ਼ਿੰਦਗੀ 'ਚ ਬਲੈਕ ਪ੍ਰਿੰਸ ਆਫ ਪੈਰਥਸ਼ੀਅਰ ਵੀ ਕਹਿਲਾਉਂਦਾ ਹੈ ਸਿੱਖ ਰਾਜ ਦਾ ਆਖਰੀ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਛੋਟੇ ਪੁੱਤਰ ਮਹਾਰਾਣੀ ਜਿੰਦ ਕੌਰ ਦੇ ਇਕਲੌਤੇ ਬੇਟੇ ਮਹਾਰਾਜਾ ਦਲੀਪ ਸਿੰਘ ਸਨ 1949 ਦੇ ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੀ ਦੂਸਰੀ ਜੰਗ ਤੋਂ ਬਾਅਦ ਚਲਾਕੀ ਅਤੇ ਸ਼ਾਤਰਾਨਾ ਢੰਗ ਦੇ ਨਾਲ ਪੰਜਾਬ ਨੂੰ ਅੰਗਰੇਜ਼ੀ ਰਾਜ 'ਚ ਸ਼ਾਮਲ ਕੀਤਾ ਗਿਆ ਅਤੇ ਇਸੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮਿੱਤਰਤਾ ਦੇ ਕੌਲ ਇਕਰਾਰਾਂ ਨੂੰ ਛਿੱਕੇ ਟੰਗਿਆ ਗਿਆ ਅਤੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਅਤੇ ਉਹਨਾਂ ਦੀ ਮਾਤਾ ਪੰਜਾਬ ਦੀ ਮਹਾਰਾਣੀ ਜਿੰਦ ਕੌਰ ਦੇ ਨਾਲ ਵਿਸ਼ਵਾਸਘਾਤੀਆਂ ਵਾਲਾ ਸਲੂਕ ਕੀਤਾ ਗਿਆ ਜੋ ਕਿ ਇਤਿਹਾਸ ਦੇ ਪੰਨਿਆਂ 'ਤੇ ਬਦਨੁਮਾ ਦਾਗ ਬਣ ਕੇ ਰਹਿ ਗਿਆ ਲਾਰਡ ਡਲਹੌਜ਼ੀ ਨੂੰ ਪਤਾ ਸੀ ਕਿ ਪੰਜਾਬ 'ਚ ਜੇ ਕੋਈ ਉਸ ਵੇਲੇ ਅੰਗਰੇਜ਼ੀ ਹਕੂਮਤ ਦਾ ਖਤਰਾ ਬਣ ਸਕਦਾ ਹੈ ਤਾਂ ਸਿਰਫ ਮਹਾਰਾਣੀ ਜਿੰਦ ਕੌਰ ਹੈ ਸੋ ਇਸ ਕਰਕੇ ਇਸ ਖਤਰੇ ਨੂੰ ਟਾਲਣ ਦੇ ਲਈ ਮਹਾਰਾਣੀ ਜਿੰਦ ਕੌਰ ਨੂੰ ਸ਼ੇਖੂਪੁਰੇ ਦੇ ਕਿਲ੍ਹੇ 'ਚੋਂ ਕੱਢ ਕੇ ਦੂਰ ਬਨਾਰਸ ਦੇ ਵਿੱਚ ਚੁਨਾਰ ਦੇ ਕਿਲ੍ਹੇ 'ਚ ਕੈਦ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਉਹਨਾਂ ਦੇ ਬੇਟੇ ਤੋਂ ਵਿਛੋੜ ਕੇ ਯਾਨੀ ਕਿ ਮਹਾਰਾਜਾ ਦਲੀਪ ਸਿੰਘ ਦੇ ਨਾਲ ਵਿਛੋੜ ਕੇ ਕਲਕੱਤੇ ਭੇਜ ਦਿੱਤਾ ਗਿਆ ਨਾ ਸਿਰਫ ਆਪਣੀ ਰਿਆਸਤ ਬਲਕਿ ਮਹਾਰਾਜਾ ਦਲੀਪ ਸਿੰਘ ਦਾ ਉਸ ਵੇਲੇ ਧਿਆਨ ਉਹਨਾਂ ਦੇ ਧਰਮ ਤੋਂ ਵੀ ਭਟਕਾ ਦਿੱਤਾ ਗਿਆ ਪਰ ਆਖਿਰਕਾਰ ਮਹਾਰਾਣੀ ਜਿੰਦ ਕੌਰ ਨੇਪਾਲ ਤੋਂ ਜਦੋਂ ਕਲਕੱਤਾ ਪਹੁੰਚਦੇ ਨੇ ਉੱਧਰ ਦਲੀਪ ਸਿੰਘ ਵੀ ਵਲੈਤ ਤੋਂ ਕਲਕੱਤੇ ਆ ਜਾਂਦੇ ਨੇ ਅਤੇ ਦੋਨਾਂ ਦਾ ਮਿਲਾਪ ਹੁੰਦਾ ਹੈ ਦੋਹਾਂ ਮਾਂ ਪੁੱਤਰਾਂ ਦੀ ਮਿਲਣੀ ਨੇ ਪੰਜਾਬ 'ਚ ਕੁਝ ਹਲਚਲ ਪੈਦਾ ਕੀਤੀ ਸਰਕਾਰ ਦੇ ਵੀ ਕੰਨ ਖੜ੍ਹੇ ਹੋਏ ਉੱਧਰ ਅੰਮ੍ਰਿਤ ਛੱਕ ਕੇ ਦੁਬਾਰਾ ਤੋਂ ਦਲੀਪ ਸਿੰਘ ਜੀ ਨੇ ਸਿੱਖ ਧਰਮ ਦੇ ਵਿੱਚ ਵਾਪਸੀ ਕਰ ਲਈ ਅਤੇ ਆਪਣੇ ਹੱਕਾਂ ਦੇ ਲਈ ਲੜਨਾ ਸ਼ੁਰੂ ਕਰ ਦਿੱਤਾ ਜਿਸ ਵੇਲੇ ਅੰਗਰੇਜ਼ ਹਕੂਮਤ ਨੂੰ ਇਸ ਗੱਲ ਦਾ ਖਦਸ਼ਾ ਹੋਇਆ ਕਿ ਇੱਕ ਹੋਰ ਬਗਾਵਤ ਸਿਰ ਚੱਕ ਰਹੀ ਹੈ ਤਾਂ ਉਹਨਾਂ ਤੋਂ ਇਹ ਖਤਰਾ ਮੁੱਲ ਨਹੀਂ ਲਿਆ ਗਿਆ ਮਹਾਰਾਜੇ ਦੇ ਜਹਾਜ਼ ਨੂੰ ਭਾਰਤ 'ਚ ਰਸਤੇ 'ਚ ਪੈਣ ਵਾਲੇ ਐਡਨ ਦੇ ਵਿੱਚ ਰੋਕ ਦਿੱਤਾ ਗਿਆ ਮਹਾਰਾਜੇ ਨੂੰ ਹਿਰਾਸਤ 'ਚ ਲੈ ਕੇ ਨਜ਼ਰਬੰਦ ਕਰ ਦਿੱਤਾ ਗਿਆ ਉਹਨਾਂ ਦਾ ਪਰਿਵਾਰ ਬ੍ਰਿਟੇਨ ਵਾਪਸ ਚਲਾ ਗਿਆ ਪਰ ਕਈ ਸਾਲ ਉਦਾਸੀ 'ਚ ਭਟਕਣ ਤੋਂ ਬਾਅਦ ਬਹੁਤ ਸਾਰੇ ਹੱਥ ਪੈਰ ਮਾਰਨ ਤੋਂ ਬਾਅਦ ਅਕਤੂਬਰ 1893 'ਚ ਇਕੱਲੇਪਨ ਅਤੇ ਮੁਫਲਿਸੀ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੋ ਗਈ ਸਿੱਖ ਰਾਜ ਦਾ ਆਖਰੀ ਮਹਾਰਾਜਾ ਮਹਾਰਾਣੀ ਜਿੰਦ ਕੌਰ ਦੀ ਇਕਲੌਤੀ ਸੰਤਾਨ ਮਹਾਰਾਜਾ ਦਲੀਪ ਸਿੰਘ ਜਿਨ੍ਹਾਂ ਨੂੰ ਬਲੈਕ ਪ੍ਰਿੰਸ ਵੀ ਕਿਹਾ ਜਾਂਦਾ ਹੈ ਮਹਾਰਾਜਾ ਦਲੀਪ ਸਿੰਘ ਯਾਨੀ ਕਿ ਬਲੈਕ ਪ੍ਰਿੰਸ ਦੇ ਜਨਮ ਦਿਨ ਦੇ ਮੌਕੇ 'ਤੇ ਅਦਾਰਾ ਰੇਡੀਓ ਸਪਾਈਸ ਉਹਨਾਂ ਨੂੰ ਯਾਦ ਕਰਦਾ ਹੈ।